ਜਿਹੜੀ ਆਪਣੀ ਕਿਰਤ ਆਪਣੀ ਮਿਲਦੀ ਸੀ ਨਾ ਉਹ ਵੀ ਜਾ ਕੇ ਅਗਲੇ ਝੋਲੇ ਚ ਪਾ ਦੇਣਾ ਭਾਈ ਤੂੰ ਰੱਜ ਕੇ ਖਾ ਮੈਂ ਤੀ ਖਾ ਲੂੰ ਫਿਰ ਆਂਦੇ ਆ ਆਂਦੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਜੇ ਪਾਸੇ ਦਾ ਉਹ ਪ੍ਰਯੋਗ ਰੰਭਿਆ ਤੇ ਜਿਹੜਾ ਉਹ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਸੀ ਨਾ ਉਹ ਸੌਣ ਸਿੰਘ ਮਨੇਸ ਦੇ ਘਰੋਂ ਕਣਕ ਲਿਆ ਕੇ ਤੇ ਪੀ ਕੇ ਤੇ ਫਿਰ ਤਿਆਰ ਕੀਤਾ ਜੀ ਆਂਦੇ ਬਾਸਣ ਮਾਂਜ ਦੁੱਧ ਹੈ ਕੋ ਜਾਈ ਆਂਦੇ ਜਦੋਂ ਦੁੱਧ ਚੋਣ ਜਾਂ ਪਾਉਣ ਜਿਸ ਭਾਂਡੇ ਵਿੱਚ ਜਾਣਾ ਨਾ ਉਹ ਪਹਿਲਾਂ ਮਾਂਜਿਆ ਹੋਵੇ ਉਹ ਪਹਿਲਾਂ ਸਾਫ਼ ਕੀਤਾ ਹੋਵੇ ਫਿਰ ਉਹਦੇ ਦੁੱਧ ਪਾਓ ਜੇ ਉਹਦੇ ਵਿੱਚ ਪਹਿਲਾਂ ਹੀ ਧੂੜ ਮਿੱਟੀ ਜਾਂ ਕੋਈ ਛਿੱਟ ਕੋਈ ਪਈ ਹੈ ਦਹੀਂ ਲੱਸੀ ਦੀ ਤਾਂ ਉਹ ਦੁੱਧ ਪੈਂਦੇ ਹੀ ਫੁੱਟ ਜਾਊ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਮਿਸਾਲਾਂ ਦੱਸੀਆਂ ਕਿ ਜੇ ਭਾਈ ਨਾਮ ਪੁੱਛਣਾ ਨਾ ਭਜਨ ਪੁੱਛਣਾ ਹੈ ਤੇ ਪਹਿਲਾਂ ਆਪਣਾ ਭਾਂਡਾ ਸਾਫ਼ ਕਰਕੇ ਆਇਓ ਕਿਸੇ ਕੋਈ ਚੋਰੀ ਯਾਰੀ ਤਾਂ ਨਹੀਂ ਕੀਤੀ ਹੁਕਮਨਾਮਿਆਂ ਵਿੱਚ ਆਉਂਦਾ ਹੈ ਕਿ ਕਿਸੇ ਸਰੀਰ ਨੇ ਆਖਿਆ ਮੈਂ ਭਜਨ ਪੁੱਛਣਾ ਹੈ ਸਾਹਿਬ ਨੇ ਆਖਿਆ ਚੋਰੀ ਤਾਂ ਨਹੀਂ ਕੀਤੀ ਬਈ ਆਂਦੇ ਘਰੇ ਘੋੜੀ ਵੱਜੀ ਚੋਰੀ ਦੀ ਆਂਦੇ ਭਜਨ ਬਾਅਦ ਜਾ ਕੇ ਪਹਿਲਾਂ ਇਹ ਕੰਮ ਛੱਡ ਜੇ ਅਸੀਂ ਇਸ ਗੱਲੋਂ ਸਿੱਖ ਬਣ ਗਏ ਹਾਂ ਕਿ ਅਸੀਂ ਭਜਨ ਪੁੱਛ ਲਿਆ ਤਾਂ ਸਾਡਾ ਬੇੜਾ ਪਾਰ ਹੈ ਭਜਨ ਪੁੱਛਣ ਤੋਂ ਪਹਿਲਾਂ ਆਪਣਾ ਭਾਂਡਾ ਸਾਫ਼ ਕਰਨਾ ਫਿਰ ਅੰਮ੍ਰਿਤ ਦੀ ਦਾਤ ਮਿਲਣੀ ਹੈ ਫਿਰ ਅੰਮ੍ਰਿਤ ਛਕਣਾ ਸਾਹਿਬਾਂ ਦੇ ਉਪਦੇਸ਼ ਚ ਆਉਂਦਾ ਹੈ ਕਿ ਜੇ ਭਾਈ ਤੇਰੇ ਘਰ ਘੋੜੀ ਵੱਜੀ ਹੈ ਚੋਰੀ ਦੀ ਉਹ ਪਹਿਲਾਂ ਖੋਲ ਕੇ ਆ ਅੱਜ ਕੀ ਹੈ ਅਸੀਂ ਆ ਕੇ ਬਹਿ ਜਾਂਦੇ ਹਾਂ ਬਹਿ ਕੇ ਆਣ ਕੇ ਆਉਂਦੇ ਹਾਂ ਵੀ ਹਾਂ ਬਈ ਸਾਨੂੰ ਦਿਓ ਅੰਮ੍ਰਿਤ ਦੀ ਦਾਤ ਕਦੇ ਪੁੱਛਿਆ ਜਾਏ ਵੀ ਚੋਰੀ ਜਾਰੀ ਠੱਗੀ ਬਦਮਾਸ਼ੀ ਕੋਈ ਗੁੰਡਾ ਕਰਦੀ ਦਿਓ ਕਿਸੇ ਪਤਾ ਛੁਪੀ ਕੋਈ ਨਹੀਂ ਸੰਤਾਂ ਦੱਸਿਆ ਹੀ ਸਿੰਘ ਦਾ ਭਾਵ ਸਿੰਘ ਆਂਦੇ ਨੇ ਸ਼ੇਰ ਨੂੰ ਸਿੰਘ ਕਿਹਾ ਜਾਂਦਾ ਸ਼ੇਰ ਨੂੰ ਫਿਰ ਇਹ ਵੀ ਦੱਸਿਆ ਸੀ ਜਿੱਥੇ ਸ਼ੇਰ ਹੋਵੇ ਉੱਥੇ ਆ ਜਿਹੜੀ ਬਿੱਲੀ ਕੁੱਤੀ ਉਹ ਨਹੀਂ ਕੁਸਕਦੀ ਆ ਗਿੱਦੜ ਵਰਗਾ ਕੋਈ ਨੇੜੇ ਨਹੀਂ ਆ ਸਕਦਾ ਕਿਉਂ ਸ਼ੇਰ ਬੈਠਾ ਹੈ ਤੇ ਸ਼ੇਰ ਕੌਣ ਹੈ ਜੰਗਲ ਦਾ ਰਾਜਾ ਤੇ ਜੇ ਜੰਗਲ ਦੇ ਰਾਜੇ ਦੇ ਹੁੰਦੇ ਆ ਕੋਈ ਹੋਰ ਕੁਸਕ ਗਿਆ ਕੋਈ ਹੋਰ ਆ ਕੇ ਉੱਥੇ ਸਰਦਾਰੀ ਕਰ ਗਿਆ ਤੇ ਫਿਰ ਉਹ ਸ਼ੇਰ ਕਾਹਦਾ ਫਿਰ ਉਹ ਸ਼ੇਰ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਤੁਹਾਡੇ ਨਾਂ ਦੇ ਨਾਲ ਸਿੰਘ ਲਾਇਆ ਇਸ ਸਿੰਘ ਦਾ ਭਾਵ ਏ ਤੁਸੀਂ ਆਪਣੇ ਸਰੀਰ ਰੂਪੀ ਜੰਗਲ ਉੱਤੇ ਕਾਬਜ਼ ਹੋਣਾ ਜਿਹੜਾ ਤੁਹਾਡੀ ਦੇਹ ਹੈ ਨਾ ਇਹ ਤੁਹਾਡੇ ਦਾ ਸਰੀਰ ਹੈ ਨਾ ਇਹਦੇ ਉੱਤੇ ਤੁਹਾਡਾ ਪੂਰਾ ਕਬਜ਼ਾ ਹੋਣਾ ਚਾਹੀਦਾ ਤੁਹਾਡੇ ਨਾਂ ਨਾਲ ਸਿੰਘ ਲਾਤਾ ਵੀ ਭਾਈ ਤੁਸੀਂ ਵੀ ਸ਼ੇਰ ਹੋ ਪਰ ਕਿਹੜੇ ਸ਼ੇਰ ਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨੇੜੇ ਨਹੀਂ ਘੁਸਕਣ ਦੇਣਾ ਐਸੇ ਸਿੰਘ ਬਣੋ ਐਸੇ ਸ਼ੇਰ ਬਣੋ ਤੇ ਜੇ ਨਾਂ ਦੇ ਨਾਲ ਸਿੰਘ ਲੱਗ ਗਿਆ ਤੇ ਬਿੱਲੀ ਕੁੱਤੀ ਫਿਰ ਘੁਸ ਗਈ ਤੇ ਤੁਸੀਂ ਕੋਈ ਸਿੰਘ ਨਹੀਂ ਫਿਰ ਕੋਈ ਵੈਲਿਊ ਨਹੀਂ ਉਹ ਸ਼ੇਰ ਦੀ ਉਹ ਸਿੰਘ ਦੀ ਨਾਂ ਦੇ ਨਾਲ ਜਿਹੜਾ ਸਿੰਘ ਲੱਗ ਗਿਆ ਜਿਹਦੇ ਨਾਂ ਦੇ ਨਾਲ ਸਿੰਘ ਲੱਗ ਗਿਆ ਤੇ ਕੌਰ ਇਹ ਮਾਈਆਂ ਦੇ ਪਿੱਛੇ ਕੌਰ ਲਾਇਆ ਸ਼ਹਿਜਾਦੀ ਸ਼ਹਿਜਾਦੀ ਸਤਿਗੁਰੂ ਗੋਬਿੰਦ ਸਿੰਘ ਦੀ ਧੀ ਤੁਹਾਡੇ ਨਾਂ ਨਾਲ ਕੌਰ ਲਾ ਕੇ ਤੁਹਾਨੂੰ ਸ਼ਹਿਜਾਦੀਆਂ ਦਾ ਦਰਜਾ ਦਿੱਤਾ ਹੈ ਤੁਹਾਨੂੰ ਸਾਦਗੀ ਦਾ ਪ੍ਰਤੀਕ ਗੁਰੂ ਗੋਬਿੰਦ ਸਿੰਘ ਦੀ ਧੀ ਬਣਾਇਆ ਸਾਹਿਬਾਂ ਤੁਹਾਨੂੰ ਆਪਣੀਆਂ ਧੀਆਂ ਬਣਾਇਆ ਹੈ ਤੇ ਜੇ ਅਕਾਲ ਪੁਰਖ ਦੀ ਧੀ ਹੋ ਕੇ ਆਪਣੇ ਸਰੀਰ ਰੂਪੀ ਜੰਗਲ ਤੇ ਕਾਬਜ ਨਹੀਂ ਆਪਣੇ ਸ਼ਾਨੋ ਸ਼ਕੋਤ ਤੋਂ ਲਾਂਭੇ ਨਹੀਂ ਤੇ ਫਿਰ ਕੋਈ ਕੌਰ ਦਾ ਫਾਇਦਾ ਨਹੀਂ ਕਲਗੀਆਂ ਵਾਲੇ ਨੇ ਸਿੰਘ ਲਾ ਕੇ ਤੁਹਾਨੂੰ ਸ਼ੇਰ ਦਾ ਦਰਜਾ ਦਿੱਤਾ ਹੈ ਸ਼ੇਰ ਤੋਂ ਭਾਵ ਏ ਆਪਣੇ ਸਰੀਰ ਰੂਪੀ ਜੰਗਲ ਦੇ ਉੱਤੇ ਕਾਬਜ਼ ਹੋਣਾ ਉਹਦੇ ਉੱਤੇ ਕਬਜ਼ਾ ਹੋਣਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਸਰੀਰ ਦੇ ਨੇੜੇ ਤੇੜੇ ਵੀ ਨਾ ਖਿੱਚਣ ਦੇਣਾ ਐਸਾ ਛੇਰ ਸਾਰੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਦਿਨ ਕੋਠੀ ਬੈਠੇ ਆ ਨਾ ਸਾਧ ਸੰਗ ਦਰਸ਼ਨ ਕਰੇ ਬਈ ਸਤਿਗੁਰੂ ਜੀ ਦੇ ਮੇਰੀ ਅੱਜ ਧਿਆਨ ਨਾਲ ਸੁਣਿਓ ਯਾਰਾ ਸਾਧ ਸੰਗ ਦਰਸ਼ਨ ਕਰੇ ਤਾਂ ਇੱਕ ਸਰੀਰ ਆਇਆ ਨੌਜਵਾਨ ਲੜਕਾ ਸਰੀਰ ਬੜਾ ਸੋਹਣਾ ਸਡੋਲ ਪੱਕਾ ਮਜ਼ਬੂਤ ਸਰੀਰ ਚੜ੍ਹਦੀ ਜਵਾਨੀ ਚੰਗਾ ਭਰਵਾਂ ਸਰੀਰ ਤੇ ਉਹ 6 ਫੁੱਟ ਦਾ ਜਵਾਨ ਹੋ ਜਦੋਂ ਆਇਆ ਆਣ ਕੇ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਤੇ ਨਮਸਕਾਰ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਮੁਸਕਰਾਏ ਆਂਦੇ ਵਾਹ ਵੀ ਕਾਕਾ ਤੇਰਾ ਸਰੀਰ ਬੜਾ ਸੋਹਣਾ ਹੈ
सतगुरु जगजीत सिंह जी बचन किया वो खुश होया अपनी उस्तत अपनी वड्याई सुन के शरीर च सुरूर आया खुशी आई आंदा जी मैं शरीर बनाया कमाया शरीर साहब ने आख्या शरीर बड़ा सोहना है ये शरीर की वड्याई कोई गुण दस सकना आंदा जी गुणे दे विच ए वे मैं मना कोई क्वांटला भार चुक सकना मेरा शरीर इना मजबूत है क्वांटल भार भी मेरे के कुछ नहीं अच्छा सतगुरु जी हस पै सतगुरु जगजीत सिंह जी हस के ते चार सवेरे बैठे सिखा नूं आंदे वेखो ए आ सारे दे विच बैठे झूठ बोली जांदा आ विच बैठा है ये झूठ बोली जांदा वो बड़ा हैरान होया आंदा सच्चे पातशाह हो मैं झूठ नहीं बोलता मैं इना भार चुक सकना आंदे सतगुरु अगो जवाब दिंदे ने आंदे मैं नहीं मनदा बड़ी हैरानगी की गल है संगत बैठी है सतगुरु सीधा ही कह रहे हैं भी तू झूठ बोलना आंदा जी फिर क्यों नहीं मानते आंदे भाई सिखा जेड़ा अपनी दाढ़ी का भार नहीं चुक सकता क्वांटला भार कितों चुक लेगा ये झूठ जे तू दाढ़ी का भार नहीं चुक सकता तू कि कह लगा मैं क्वांटला मुनी भार चुकना चुप कर गया निरुत्तर हो गया हाथ जुड़ गया आंदा गरीब नवाज मेरे तो गलती हो गई सिंह लगा ना ना नाल शरीर बलवान है शरीर सुडोल है पर भाई तू ते अपने शरीरक रूपी अवस्था नूं ढांचे नूं नहीं सांभ सकदा दुनियावी ढांचे ते बड़ी दूर दी गल है सतगुरु जगजीत सिंह सच्चे पातशाह जदों जवाब दिता निरुत्तर होया निरुत्तर होने तों बाद चरणा ते नमस्कार कीती देख लो अर्ज कीती सच्चे पातशाह इस तों बाद तुहानूं इह सिखी सरूप संभाल के विखावांगा कृपा तुहाडी होवे इह मैं अर्ज कीती है सिंह दी जे सिंह गवाउणा है जे ना दे पिछे सिंह लवाउणा है ते फिर इह वी जरूरी है भी असीं होईए वी शेर ना दे नहीं कर्म दे शेर होईए कट के विखाईए दूसरी अर्चना की सी जी संत ने दसी है कि नाम जपण वाले सतगुरु कि वड्याई देंगे एक बार मेरे सतगुरु जगजीत सिंह सच्चे पातशाह जी कृपा की हुक्म किया कि मैं बूंदी का प्रसाद वरताना पर जेड़ा बूंदी का प्रसाद है ना ये प्रसाद सिर्फ ते सिर्फ मैं सोधी सिंह करता हूं जिन्होंने सोध रखी जिन्हों की मर्यादा है उन्होंने वरता है उस तो बाद कोई वेच आन के ना पवे लैन लागे जी लम्मी सोधी सिंह बह गया कतारा बन के तैक बेचारा श्रद्धालु सिख जेड़ा मर्यादा रहत नहीं सी सोध नहीं सी रख दा पर नाम जपदा सी बाणी पढ़दा सी सिमरन करदा सी नाम दा रसिया सी ता संत जी जदों लैण लग गए भी सोधी सिंघां नूं प्रसाद मिलना है ते ओ जिहड़ा सी उहदे तों कित्थों रिहा जाए जदों अकाल पुरख खुद प्रसाद वरतांदा होवे ओ भी आण के लैण दे विच बह गया सोधियां दी लैन च वो भी आन के बेचारा बह गया जदों सोधियां दी लैन च आके वो बैठा ता जिन्हां दा प्रबंध सी उस प्रबंध वाले जाके फड़ के बांह दवांदे चल बाहर जा तू अंदर की करना बई इत्थे ते सिर्फ ते सिर्फ सोधी बहिणगे ते सोधियां नूं प्रसाद मिलेगा इत्थे की करना बाह पा लिया आंदा जी की गल आंदा तू पजामा पाया तेरी सोध नहीं तू सोधियां जान के आंदा मेनू बह लैन दियो हाथ जुड़े जे मेनू सतगुरु दे हस्त कमलां तो मेनू प्रसाद ले लैंदे मेरी भावना मेरी पत्नी ते मेरी सब है इत्थे कर जोर है नाम जपना बाणी पढ़नी सिमरन करना रहत रखनी
ਜਿਹੜਾ ਗੁਰੂ ਰਾਮ ਸਿੰਘ ਕਿਹਾ ਸੀ ਨਾ ਤਾਰੇ ਕੀ ਪ੍ਰਤੀ ਉਹ ਪ੍ਰਤੀ ਸੀ ਆਪਣੇ ਸਰਗੁਰ ਦੇ ਆਪਣੇ ਅਕਾਲ ਪੁਰਖ ਦੇ ਪ੍ਰਤੀ ਸੀ ਜਾ ਕੇ ਲੈਣ ਚ ਬਹਿ ਗਿਆ ਵੀ ਮੈਂ ਵੀ ਇਹਨਾਂ ਦੇ ਹੱਥੋਂ ਪ੍ਰਸ਼ਾਦ ਲਵਾਂਗਾ ਸਤਿਗੁਰ ਜੀ ਪ੍ਰਸ਼ਾਦ ਵਰਤਾਉਂਦੇ ਤੁਰੇ ਆਉਂਦੇ ਨੇ ਬੁੱਕ ਭਰਦੇ ਨੇ ਦੂਜੇ ਦੇ ਬੁੱਕ ਚ ਪਾ ਦਿੰਦੇ ਨੇ ਬੁੱਕ ਭਰਦੇ ਨੇ ਦੂਏ ਦੇ ਬੁੱਕ ਚ ਪਾ ਦਿੰਦੇ ਨੇ ਪਾਉਂਦੇ 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 ਜਦੋਂ ਤੁਰੇ ਆਉਣ ਤੇ ਉਹ ਸਿੱਖ ਜਿਹੜਾ ਸੀ ਉਹਨੂੰ ਬਈ ਫੜ ਕੇ ਤੇ ਪਿਛਾ ਕਰ ਛੱਡਿਆ ਉਹ ਪਿੱਛੇ ਵਿਚਾਰਾ ਬੁੱਕ ਕਰਕੇ ਬਹਿ ਰਿਹਾ ਹੇ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਤੂੰ ਸੱਚੀ ਦਰਗਾਹ ਦਾ ਮਾਲਕ ਹੈ ਵੇਖੀ ਕਿਤੇ ਮੇਰੇ ਗਰੀਬ ਤੇ ਵੀ ਦਇਆ ਕਰ ਦਿਓ ਤਾਂ ਜਦੋਂ ਸਤਿਗੁਰ ਜੀ ਨੇੜੇ ਆਏ ਤੇ ਜਿਹੜੀ ਜਗ੍ਹਾ ਤੁਹਾਨੂੰ ਠਾਇਆ ਸੀ ਨਾ ਉਹ ਭੱਜ ਕੇ ਆਣ ਕੇ ਫਿਰ ਉਸ ਜਗ੍ਹਾ ਤੇ ਬਹਿ ਗਿਆ ਤਾਂ ਜਦੋਂ ਆ ਕੇ ਬਹਿ ਗਿਆ ਤੇ ਜਿਹੜੇ ਮੇਰੇ ਵਰਗੇ ਆਕੜੇ ਫਿਰਦੇ ਸੀ ਉਹਨਾਂ ਜਾ ਕੇ ਕਾਂਦੇ ਕੋਲ ਆਖਿਆ ਸੱਚੇ ਪਾਤਸ਼ਾਹ ਇਹਦੀ ਸੋਧ ਨਹੀਂ ਇਹਨੂੰ ਪ੍ਰਸ਼ਾਦ ਨਾ ਦਿਓ ਸਤਿਗੁਰ ਜੀ ਦੇ ਸੱਤ ਵਚਨ ਸੱਤ ਵਚਨ ਆਖਿਆ ਜਦੋਂ ਸਰੀਰ ਦੀ ਵਾਰੀ ਆਈ ਤੇ ਉਹਨੂੰ ਪ੍ਰਸ਼ਾਦ ਬਿਨਾਂ ਦਿੱਤੇ ਅੱਗੇ ਟੱਪ ਗਿਆ ਉਹਨੂੰ ਪ੍ਰਸ਼ਾਦ ਲਾ ਦਿੱਤਾ ਉਹਨੂੰ ਛੱਡ ਕੇ ਅਗਾਂਹ ਚਲੇ ਗਏ ਅਗਾਂਹ ਦੋ ਜਣਿਆਂ ਨੂੰ ਵਰਤਾਇਆ ਸਤਿਗੁਰੂ ਸਭ ਦਾ ਭਲਾ ਬਣਾਏਗਾ ਜਿਹਨੇ ਅਰਜ਼ੀ ਕੀਤੀ ਨਾ ਵੀ ਨਾ ਦਿਓ ਉਹਨੂੰ ਸੱਤ ਵਚਨ ਕਹਿ ਕੇ ਟੱਪ ਗਏ ਦੋ ਜਣਿਆਂ ਨੂੰ ਵਰਤਾ ਕੇ ਫਿਰ ਪਿਛਾ ਗਏ ਦੋ ਜਣਿਆਂ ਨੂੰ ਪ੍ਰਸ਼ਾਦ ਵਰਤਾ ਕੇ ਨਾ ਫਿਰ ਵਾਪਸ ਤੁਰੇ ਆਉਣ ਤੇ ਵਾਪਸ ਆਣ ਕੇ ਨਾ ਉਹ ਸਰੀਰ ਨੂੰ ਆਂਦੇ ਲਿਆ ਬੁੱਕ ਕਰ ਬਈ ਉਹਨੇ ਬੁੱਕ ਕੀਤਾ ਦੁਨੀਆ ਵੇਂਦੀ ਹੈ ਜਦੋਂ ਬੁੱਕ ਕੀਤਾ ਭਰ ਕੇ ਬੁੱਕ ਨਾ ਉਹਨੇ ਬੁੱਕ ਚ ਪਾ ਦਿੱਤਾ ਉਹਦਾ ਬੁੱਕ ਭਰ ਗਿਆ ਜੀ ਫਿਰ ਅੱਜ ਕਿਤੇ ਸੱਚੇ ਪਾਤਸ਼ਾਹ ਦੀ ਸੋਧ ਨਹੀਂ ਆਂਦੇ ਅੱਛਾ ਆਂਦੇ ਹਾਂ ਜੀ ਆਂਦੇ ਹਾਂ ਵੀ ਗੁਰਮੁਖਾ ਮੂੰਹ ਖੋਲ ਉਹਨੇ ਮੂੰਹ ਖੋਲਿਆ ਸਾਰਿਆਂ ਦੇ ਵਿੱਚ ਖੜੇ ਹੁੰਦੇ ਮੂੰਹ ਚ ਬੁਰਕੀਆਂ ਪਾਉਣ ਲੱਗ ਪਏ ਜੋ ਸਤਿਗੁਰੂ ਨੂੰ ਪ੍ਰਵਾਨ ਹੋ ਜਾਏ
ਦੱਸੇ ਭਗਤ ਭਲੇ ਜਾਂ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਕਿਹੜੇ ਭਲੇ ਨੇ ਕੋਈ ਉਹ ਭਲੇ ਨੇ ਜਿਹੜੇ ਉਹਨੂੰ ਚੰਗੇ ਲੱਗਦੇ Yeah.
साडे बनाए गुरमुख पर यह गुरबाणी चलते Oh,
Thank you.
ਮੈਨੂੰ ਕੋਈ ਦੁੱਖ ਹੀ ਨਹੀਂ, ਮੈਨੂੰ ਕੋਈ ਵਾਸਨਾ ਹੀ ਨਹੀਂ, ਮੇਰੀ ਕੋਈ ਮੰਗ ਹੀ ਨਹੀਂ। ਮੈਂ ਸੁਪਰ ਸਨ, ਬੜਾ ਖੁਸ਼ ਹਾਂ। ਕਿਉਂ ਖੁਸ਼ ਹਾਂ? ਕਿਉਂਕਿ ਮੈਨੂੰ ਸ੍ਰਿਸ਼ਟੀ ਦੁਨੀਆ ਦਾ ਮਾਲਕ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਸਤਿਗੁਰੂ ਮਿਲਿਆ। ਮੈਨੂੰ ਹੋਰ ਕੋਈ ਚੀਜ਼ ਦੀ ਮੰਗ ਨਹੀਂ। ਤੁਹਾਨੂੰ ਉੱਤਰ ਹੋ ਗਿਆ, ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿਹੜੇ ਮਨਮੁੱਖ ਹੁੰਦੇ ਨੇ ਉਹਨਾਂ ਸਿਰਫ ਮਾਇਆ ਦਾ ਕੀ ਸੰਬੰਧ ਹੁੰਦਾ? ਮਿਲ ਗਈ ਤਾਂ ਠੀਕ, ਨਹੀਂ ਮਿਲੇ ਸਤਿਗੁਰੂ। ਜਬ ਲਗ ਪੈਸਾ ਗਾਂਠ ਮੈਂ ਤਬ ਲਗ ਤਾਕੋ ਯਾਰ। ਜਿਹੜਾ ਮਾਇਆ ਦਾ ਸਵਾਲ ਨਾ, ਮਾਇਆ ਦਾ ਜਿੰਨਾ ਤੀਕ ਮਾਇਆ ਕੋਲ ਹੋਵੇਗੀ, ਬੜੇ ਸੰਗੀ ਬੜੇ ਸਾਥੀ ਹੋਣਗੇ, ਅੱਗੇ ਪਿੱਛੇ ਤੁਰਨ ਵਾਲੇ ਹੋਣਗੇ, ਪਰ ਜਦੋਂ ਮਾਇਆ ਨਹੀਂ ਨਾ, ਸਾਹਿਬ ਆਂਦੇ ਨੇ ਅਰੇ ਜਬ ਲਗ ਪੈਸਾ ਗਾਂਠ ਮੈਂ, ਜਿੰਨਾ ਚਿਰ ਗੰਢ ਵਿੱਚ ਪੈਸਾ, ਜੇਬ ਵਿੱਚ ਪੈਸਾ, ਤਬ ਲਗ ਤਾਕੋ ਯਾਰ। ਫਿਰ ਬੜੇ ਯਾਰ ਨੇ, ਬੜੇ ਮਿੱਤਰ ਨੇ, ਬੜੇ ਸੰਬੰਧੀ ਨੇ। ਫਿਰ ਕੀ ਹੈ, ਯਾਰ ਸੰਗ ਹੀ ਸੰਗ ਡੋਲੇ, ਘਰ ਦਾ ਕੰਮ ਵੀ ਭੁੱਲ ਜਾਂਦੇ ਨੇ, ਘਰ ਦਾ ਵਿਆਰ ਵੀ ਭੁੱਲ ਜਾਂਦੇ ਨੇ। ਯਾਰ ਸੰਗ ਹੀ ਸੰਗ ਡੋਲੇ, ਉਹਦੇ ਨਾਲ। ਫਿਰ ਕੀ ਆਂਦੇ, ਪੈਸਾ ਰਹਾ ਨਾ ਪਾਸ, ਯਾਰ ਮੁੱਖ ਤੇ ਨਹੀਂ ਬੋਲੇ। ਤੇ ਜਦੋਂ ਮਾਇਆ ਗਈ ਖਤਮ ਹੋ, ਮਾਇਆ ਚੀਜ਼ ਏਦਾਂ ਦੀ ਪਤਾ ਨਹੀਂ ਜੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸਾਰੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਜੀ ਆਪਣੇ ਪਵਿੱਤਰ ਉਪਦੇਸ਼ ਵਿੱਚ ਸਰਵਣ ਕਰਾਉਂਦੇ ਨੇ, ਆਂਦੇ ਨੇ ਮਾਇਆ ਸਾਥ ਛੱਡ ਜਾਂਦੀ ਏ। ਤਲਵਾਰ ਹੱਥ ਵਿੱਚ ਫੜੀ ਹੋਵੇ, ਜੰਗ ਲੱਗਾ ਹੋਵੇ, ਤਲਵਾਰ ਹੱਥ ਵਿੱਚ ਹੁੰਦੀ ਤਾਂ ਵੀ ਮਰ ਜਾਈਦਾ। ਬੰਦਾ ਫੁੜ ਕੇ ਧਰਤੀ ਤੇ ਪਿਆ, ਤਲਵਾਰ ਹੱਥ ਹੁੰਦੀ ਏ। ਕੀ ਹੋਇਆ, ਤਲਵਾਰ ਸਾਥ ਛੱਡ ਗਈ। ਸੰਗੀ ਸਾਥੀ ਸੰਬੰਧੀ ਵੀ ਸਾਥ ਛੱਡ ਜਾਂਦੇ ਨੇ ਕਈ ਥਾਵਾਂ ਤੇ, ਕਈ ਮੌਕਿਆਂ ਤੇ ਵੇਖ ਲਓ। ਬੜਾ ਸੱਕਾ ਭਰਾ ਵੀ ਹੋਵੇਗਾ ਨਾ, ਜਿੱਥੋਂ ਦਾਲ ਲੱਗੇਗਾ ਲਾਣੋ ਨਹੀਂ ਰਹੇਗਾ, ਸਤਿ ਸ੍ਰੀ ਅਕਾਲ। ਪਰ ਸਤਿਗੁਰੂ ਜਗਜੀਤ ਸਿੰਘ ਜੀ ਆਪਣੇ ਪਵਿੱਤਰ ਬੁਖਾਰ ਮੈਂ ਤੋਂ ਵਚਨ ਕਰਦੇ ਨੇ, ਨਹੀਂ ਸਾਥ ਛੱਡਦਾ ਇੱਕ ਸਤਿਗੁਰ ਨਹੀਂ ਛੱਡਦਾ। ਕੀ ਨਾਰ ਬਹੁਤ ਹਿੱਤ ਜਾਸਿਓ, ਰਹਿਤ ਸੰਗ ਹੀ ਲਾਗੀ।
हुण जनानी दा रिश्ता मनुख दा सब तो नजदीकी रिश्ता है, दुनिया दा सब तो नजदीकी। मैं ते तुहानू तक भी समझना, जे सरदर भी सेठ ना होवे तां दोवें मियां बीबी सलाह करके सेठदे ने, इन्ना नजदीकी सलांदे। आंदे घर की नार घर वाली जनानी जिन्हों तुसी वाइफ कह लेंदे हो, बहुत इंतजास हो रहत संग ही लागी। की होया? जब ही हंस तजी हे काया ते प्रेत प्रेत कर पागी। आंदे जदों मर गया ते आंदी है परां छेती संस्कार करो, बच्चे मुंह वेखना आड़ू दबन गए। आद करी कोई घर ना रखे ते कांडो कांड हो जाने, छेती लै जाओ मोगे रिश्तेदारियां। कोई संबंध नहीं रह गया, कोई रिश्तेदारी नहीं रह गई, काटो काटो हो जाने, लै जाओ लै जाओ। घर वाली भी कह दें बेदको व्यवहार बने हो है, जा से नेह लगायो अंत बार नानक बिन हाजी को काम ना आयो। आंदे अखीरले समय सतगो तो बिना तेनू किसे भी नहीं साथ देना, किसे भी तेरा साथ नहीं। तू सतगुर दा हो, सतगुर तेरा हो। दुनियादारी कई बार आपां दुनियावी लफ्ज़े भाई भजन कर लो, नाम जप लो, भाव सागर पार करना है। तुसी भाव सागर पार करना है, ओ यार दुनिया ही भाव सागर है, ए संसार भाव सागर है। सतगुर दी मत ते चल के संसार रूपी भाव सागर नूं तुसां पार करना है। संत जसवंत सिंह जी अफरीका तो तुसी दर्शन कीते होंगे, सतगुरु जी नाल बड़ा प्यार सी। सानू सतगुरु जगजीत सिंह मिलिया, लोड़ है सानू अपनी अखां खोल के उन्दे दर्शन करके उन्दे होण दी, लोड़ है उन्दे हुक्मां ते चल के जेड़े दुनियावी सुख भोगने आ, किते परलोक दे सुख भी सतगुरु जगजीत ने चरणा चो प्राप्त कर लईए, वो भी स्वाद ले लईए, जेड़ा स्वाद बिना खाद्या बिना पीते ही आ जांदा, जेड़ा स्वाद उन्दे दर्शना चो उन्दे स्पर्श तो उन्दे नाम तो आ जांदा है, वो स्वाद लैण दा जतन करिए। आ डिग्रियां करने आ, किते मार कई के प्रैक्टिकल हुंदे ने, किते ए भी करके देखिए कि सतगुरु दी सरण विच आया, सतगुरु दे होया की सुख ने, उन्दे हुक्म मन्निया की सुख ने। सो भाई तुसी सारे गुरमुख हो तां गुरमुख बनो, सतगुर दे हुक्म ते चलो, सतगुर दा लड़ फड़ के संसारिक रूपी जिहड़ा भाव सागर नूं पार करो। तुहाडे नावां पिछे सिंह लग्गिया तां सिंह दी लाज रखो, इहनूं बिलकुल कमजोर ना करो, सिंह हो ते सिंह बनो, अपने सरूप अपने बाणे ठीक करो। सतगुरु जगजीत सिंह सच्चे पातशाह जी कृपा करन, साडा लोक सुखी और लोक सुहेला होवे। मैं ज्यादा अर्जा नहीं करनिया, आई संगत दा समूह साध संगत दा बहुत बहुत धन्यवाद। आओ सतगुरु जगजीत सिंह दे चरणां विच लवाईए हाजरी, सारे गज के आखो धन श्री सतगुरु जगजीत सिंह सच्चे पातशाह जी।